ਵਿਊਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਹਿਰਦੇ ਪਾਲ ਸਿੰਘ ਜੀ ਦਾ ਸਾਡੀ ਸਿੱਖਾਂ ਦਾ ਰਾਜ ਜਾਣਕਾਰ ਮਹਾਰਾਣੀ ਜਿੰਦਾ ਦੇ ਹੋਏ ਨੀ ਰਾਦਰ ਬਾਰੇ ਵੀਡੀਓ ਤੇ ਆਇਆ ਹੈ ਇਹ ਲਿਖਦੇ ਹਨ ਮੈਨੂੰ ਅਜੇ ਯਾਦ ਹੈ ਜਦ ਮੈਂ 6ਵੀਂ 7ਵੀਂ ਜਮਾਤ ਵਿੱਚ ਸੀ CBSG ਦੀ ਇਤਿਹਾਸ ਦੀ ਕਿਤਾਬ ਵਿੱਚ ਪੜ੍ਹਿਆ ਸੀ ਕਿ ਰਾਣੀ ਜਿੰਦਾ ਅੰਗਰੇਜ਼ਾਂ ਨਾਲ ਅੰਦਰ ਖਾਤੇ ਮਿਲ ਗਈ ਸੀ ਤੇ ਉਹਨਾਂ ਸਿੱਖ ਰਾਜ ਨੂੰ ਢਾਹ ਲਾਉਣ ਲਈ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਪਰ ਬਾਅਦ ਵਿੱਚ ਮੈਂ ਆਪਣੇ ਤਾਇਆ ਜੀ ਨਾਲ ਗੱਲ ਸਾਂਝੀ ਕੀਤੀ ਅਤੇ ਉਹਨਾਂ ਨੇ ਮੈਨੂੰ ਮਹਾਰਾਣੀ ਜਿੰਦਾ ਲਈ ਜ਼ਿੰਦਗੀ ਬਾਰੇ ਦੱਸਿਆ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਨੇ ਕਿੰਨਾ ਤਸ਼ੱਦਦ ਚੱਲਿਆ ਉਹਨਾਂ ਨੂੰ ਪਰਣਾ ਜੀਰ ਸਾਹਿਬ ਆ ਵੀਰ ਹਰਦੇਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਦੁਸ਼ਮਣ ਹੁੰਦਾ ਹੈ ਉਹ ਜਿਹੜਾ ਤੁਹਾਡਾ ਸਭ ਤੋਂ ਇਫੈਕਟਿਵ ਪਰਸਨ ਜਾਂ ਜਿਹੜਾ ਨਾਇਕ ਜਾਂ ਨਾਇਕਾ ਹੁੰਦੀ ਹੈ ਉਸ ਨੂੰ ਸਭ ਤੋਂ ਜ਼ਿਆਦਾ ਬਦਨਾਮ ਕਰਦੇ ਹੈ ਜੀ ਅੰਗਰੇਜ਼ਾਂ ਨੇ ਵੀ ਉਹਨਾਂ ਦੀਆਂ ਆਪਣੀਆਂ ਖੁਫੀਆ ਡਾਇਰੀਆਂ ਦੇ ਵਿੱਚ ਤਾਂ ਇਹ ਲਿਖਿਆ ਜਿੰਦਾ ਬਾਰੇ ਕਿ ਸ਼ੀਜ਼ ਦਾ ਓਨਲੀ ਮੈਨ ਇਨ ਲਾਹੌਰ ਕੋਟ ਉਹ ਉਸ ਤੋਂ ਡਰਦੇ ਸੀ ਕਿ ਜੇ ਮਾਂ ਆਪਣੇ ਪੁੱਤਰ ਦੇ ਕੋਲ ਰਹੇਗੀ ਤਾਂ ਪੁੱਤਰ ਦੇ ਦਿਮਾਗ 'ਚ ਵੀ ਇਹ ਰੈਵੋਲੂਸ਼ਨ ਭਰੇਗੀ ਜੀ ਔਰ ਇੱਕ ਪਾਸੇ ਇਹ ਸੀ ਪਰ ਦੂਜੇ ਪਾਸੇ ਅੰਗਰੇਜ਼ਾਂ ਨੇ ਆਪਣੇ ਪਿੱਠੂਆਂ ਰਾਈ ਇਹ ਰਿਯੂਮਰ ਵੀ ਬਹੁਤ ਉਡਾਈ ਕਿ ਜਿੰਦਾ ਤੇ ਨਾਲ ਰਲ ਗਈ ਸੀ ਅੰਗਰੇਜ਼ਾਂ ਦੇ ਔਰ ਮੰਦੇਪਾਗਾ ਨੂੰ ਹਾਲਾਂ ਜੰਗ ਹਿੰਦ ਪੰਜਾਬ ਜਾਂ ਜੰਗਨਾਮਾ ਸਿੰਘਾਂ ਫਰੰਗੀਆਂ ਸ਼ਾਹ ਮੁਹੰਮਦ ਦਾ ਸ਼ਾਹਕਾਰ ਹੈ ਜੀ ਅਸੀਂ ਅਕਸਰ ਕੋਟ ਕਰਦੇ ਹਾਂ ਪਰ ਇਹ ਅਫਵਾਹ ਕਿਸ ਕਦਰ ਫਲਾਈਆਂ ਹੋਣਗੀਆਂ ਕਿ ਇਵਨ ਸ਼ਾਹ ਮੁਹੰਮਦ ਦੀ ਲਿਖਤ ਦੇ ਵਿੱਚ ਵੀ ਜਿੰਦਾਂ ਦਾ ਅੰਗਰੇਜ਼ਾਂ ਦੇ ਨਾਲ ਰੜਣਾ ਜਿਹੜਾ ਉਹ ਮੈਂਸ਼ਨ ਕਰਦਾ ਹੈ ਉਹਦਾ ਕਾਰਨ ਉਹ ਇਹ ਦਿੰਦਾ ਹੈ ਕਿ ਜਿੰਦਾਂ ਦਾ ਭਰਾ ਜਿਹੜਾ ਜਵਾਰ ਸਿੰਘ ਜਿਹੜਾ ਉਹਦਾ ਵਜ਼ੀਰ ਸੀ ਉਹਨੂੰ ਕਿਉਂਕਿ ਸਿੱਖ ਫੌਜ ਨੇ ਮਾਰਿਆ ਬੜਾ ਕੋਕੇ ਔਰ ਉਹਦੇ ਮੰਚ 'ਚ ਰਿਵੈਂਜ ਆਇਆ ਉਹਨੇ ਕਿਹਾ ਵੀ ਜੇ ਤੁਸੀਂ ਮੇਰੇ ਜਿਹੜਾ ਮਾਪਿਓ ਜਾਏ ਨੂੰ ਮਾਰਿਆ ਤਾਂ ਮੈਂ ਹੁਣ ਤੁਹਾਡੀਆਂ ਵੀ ਜਿਹੜਾ ਹੈ ਉਹ ਤਬਾਹੀ ਕਰਾਂਗੇ ਸੋ ਫਿਰ ਉਹਨੇ ਇੱਕ ਪੂਰਾ ਕਵਿਤ ਔਰਤਾਂ ਦੇ ਉੱਤੇ ਹੀ ਲਿਖ ਦਿੱਤਾ ਕਿ ਔਰਤਾਂ ਕੀ ਕਰ ਦਿੰਦੀਆਂ ਨੇ ਰਾਮ ਨੂੰ ਕੀ ਕਰਤਾ ਫਲਾਣੇ ਨੂੰ ਕੀ ਕਰਤਾ ਠਿੰਕੇ ਨੂੰ ਜੋ ਉਸ ਵੇਲੇ ਦਾ ਇੱਕ ਬਾਇਸ ਸੀ ਔਰਤਾਂ ਦੇ ਖਿਲਾਫ ਅੱਜ ਵੀ ਜਿਹੜਾ ਬਹੁਤ ਵਾਰ ਜਿਹੜੇ ਇਸ ਕਿਸਮ ਦੇ ਲੋਕ ਨੇ ਇਦਾਂ ਦੀਆਂ ਗੱਲਾਂ ਕਰਦੇ ਨੇ ਔਰ ਮੈਂ ਸੋਮੇ ਦੇ ਵੀ ਇਹ ਇੰਡੀਅਨ ਕਿਉਂਕਿ ਇਹਨਾਂ ਨੇ CBSE ਦੇ ਸਿਲੇਬਸ ਦੀ ਗੱਲ ਕੀਤੀ ਅੰਗਰੇਜ਼ਾਂ ਆਪਣੀ ਗੇਮ ਤੇ ਸੀ ਸੀ ਹੁਣ ਜੇ ਜੰਦਾ ਦਾ ਜਿਹੜਾ ਟਰੂ ਰੂਪ ਸੀ ਜਿੱਥੇ ਉਹਦੀ ਖੂਬਸੂਰਤੀ ਦੀ ਗੱਲ ਹੈ ਈਵਨ ਜਦੋਂ ਤੁਸੀਂ ਅੰਗਰੇਜ਼ਾਂ ਦੀਆਂ ਹੀ ਲਖਤਾਂ ਕਰਦੇ ਹੋ ਤਾਂ ਬਿਊਟੀ ਆਫ ਦਾ ਈਸਟ ਉਹਨੂੰ ਕਹਿੰਦੇ ਸੀ ਜੀ ਔਰ ਬੜੀ ਛੋਟੀ ਉਮਰ 'ਚ ਵਿਆਹ ਹੋਇਆ ਰਣਜੀਤ ਸਿੰਘ ਨਾਲ ਲਗਭਗ 10 ਮਹੀਨੇ ਦਾ ਸੀ ਦਲੀਪ ਸਿੰਘ ਤੋਂ ਮਰ ਜਾ ਰਣਜੀਤ ਸਿੰਘ ਦੀ ਡੈਥ ਹੋਈ ਔਰ ਕਿਵੇਂ 5 ਸਾਲ ਤੋਂ ਵੀ ਘੱਟ ਉਮਰ ਦੇ ਤੋਂ ਮਾਂ ਨੂੰ ਵਕ ਕਰ ਦੁੱਤਾ ਪਰ ਕਿਵੇਂ ਉਹਨੇ ਤਬਦੀਲੀ ਦੇ ਲਈ ਰੈਵੋਲੂਸ਼ਨ ਦੇ ਲਈ ਕੈਦ ਦੇ ਵਿੱਚੋਂ ਨਿਕਲੀ 네ਪਾਲ ਪਹੁੰਚ ਕੇ ਵੀ ਉਹਨੇ ਕੋਸ਼ਿਸ਼ ਕੀਤੀ ਉੱਥੇ ਜਲਾਵਤਨੀ 'ਚ ਰਹਿੰਦੇ ਆ ਵੀ ਕਿ ਕੋਈ ਹੋਏ ਜੇ ਆਪਣੇ ਪੁੱਤਰ ਤੱਕ ਵੀ ਗਈ ਕਿੰਨੇ 12 13 ਸਾਲ ਬਾਅਦ ਉੱਥੇ ਵੀ ਪਾਵੇਂ ਸਾਲ ਦੇ ਵਿੱਚ ਵਿੱਚ ਮੌਤ ਹੋ ਗਈ ਉਹਨੇ ਆਪਣੇ ਪੁੱਤਰ ਨੂੰ ਮਰਨ ਤੋਂ ਪਹਿਲਾਂ ਵੀ ਕਿਹਾ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀਆਂ ਜੀ ਹੁਣ ਇੱਕ ਪਾਸੇ ਤਾਂ ਇਹ ਕੈਰੈਕਟਰ ਹੈ ਦੁਜੇ ਜੇ ਉਹਦੇ ट्रू कैरेक्टर ਨੂੰ सीबीएसई ਜਾਂ ਇਹਨਾਂ ਦਾ ਸਿਲੇਬਸ ਬਿਆਨ ਕਰੇ ਤੇ ਫਿਰ ਲక్ష్ਮੀਬਾਈ ਜੀ ਜਨੂ ਕੇ ਬਹੁਤ ਹੀ ਕੋਸ ਸੁਬਦਰਾ ਕੁਮਾਰੀ ਚੋਹਾਨ ਨੇ ਲਿਖ ਦਿੱਤੀ ਨਜ਼ਮ ਕਿ ਜੀ ਬੁੰਦੇ ਲੋ ਹਰ ਬੋਲੋਂ ਕੇ ਮੁਖ ਹਮਨੇ ਸੁਣੀ ਕਹਾਣੀ ਥੀ ਖੂਬ ਲੜੀ ਮਰਦਾਨੀ ਵੇ ਤੋ ਝਾਂਸੀ ਵਾਲੀ ਰਾਣੀ ਥੀ ਉਹਨੂੰ ਬਣਾ ਕੇ ਉਹ ਐਸਾ ਉਹਨੂੰ ਬਣਾ ਦਤਾ ਹੈ ਉਹ ਉਹਨਾਂ ਦੀ ਹੀਰੋਇਨ ਹੈ ਹੁਣ ਜੇ ਜੰਦਾ ਜਿਸ ਲੈਵਲ ਦਾ ਉਸ ਦਾ ਚੈਲੰਜ ਉਸ ਦੀ ਰੈਜ਼ੀਲੀਐਂਸ ਸੀ ਸੋ ਜੇ ਉਹਨੂੰ ਅੰਗਰੇਜ਼ਾਂ ਨਾਲ ਰੜੀ ਸਾਬਤ ਨਾ ਕਰਨ ਤੇ ਫਿਰ ਲక్ష్ਮੀਬਾਈ ਨੂੰ ਕਿਵੇਂ ਉਬਾਰਨ ਜੀ ਸੋ ਅਸੀਂ ਸਮਝਦੇ ਹਾਂ ਵੀ ਕੱਲਾ ਇਹ ਨਹੀਂ ਜਿਸ ਕਸਮ ਦੀ ਅੱਜ ਸਾਰੀ ਹਿਸਟਰੀ ਹੁਣ ਤਾਂ ਉਹਨਾਂ ਨੇ ਆਰਐਸਐਸ ਦੇ ਹਿਸਟੋਰੀయన్స్ ਦੇ ਹਵਾਲੇ ਕਰ ਦਿੱਤੇ ਔਰ ਆਣ ਵਾਲੇ ਦਿਨਾਂ 'ਚ ਸਮੇਂ ਜੇ ਤੁਸੀਂ ਦੇਖੋਗੇ ਵੀ ਕਿਉਂ ਜੇ ਇਤਿਹਾਸ 'ਚ ਕੱਢ ਕੇ ਜਿਹੜਾ ਲਿਆਣਗੇ ਜਿਹਦੇ ਥੱਲੇ ਸਾਰਾ Hindu ਮਿਥਿਹਾਸ ਸਾਹਮਣੇ ਲਿਆਣਗੇ ਜਿਹੜਾ ਹੁਣ ਉਹ ਇੱਕ ਫਿਲਮ ਜਿਹੜੀ ਹੈ ਜਿਸ ਨੂੰ ਉਹਨਾਂ ਨੇ ਮਾਈਥੋਲੋਜੀ ਨੂੰ ਕਿਵੇਂ ਵਿੱਚ ਹੈ ਔਰ ਕਹਿ ਰਹੇ ਨੇ ਜੀ ਇਹ ਪੀਕੇ ਦਾ ਜਵਾਬ ਹੈ ਅਮਰੀਖਾਨ ਦੇ ਪੀਕੇ ਦਾ ਜਵਾਬ ਹੈ ਬਾਹੂਬਲੀ ਜੀ ਔਰ ਬਾਹੂਬਲੀ ਜਿਹਨੇ ਸਾਰੇ ਰਿਕਾਰਡ ਤੋੜਤੇ ਗਿਨੀ ਬੁਕਤਾਂ ਤੋੜਤਾ ਔਰ ਉਹ ਤੇਲਗੂ ਦੀ ਇੱਕ ਫਿਲਮ ਮੰਦਰ ਬੇਸਡ ਸਾਰੇ ਉਸ ਦੇ ਉੱਤੇ ਮਿਥ ਦੇ ਉੱਤੇ ਝੂਠ ਮਿਥ ਝੂਠ ਨੂੰ ਹੀ ਕਹਿੰਦੇ ਨੇ ਕਿ ਜਿਹਦਾ ਕੋਈ ਆਧਾਰ ਨਹੀਂ ਹੁੰਦਾ ਇਤਿਹਾਸ ਨਹੀਂ ਹੁੰਦਾ ਸੋ ਹੁਣ ਇਹ ਮਿਥ ਬੇਸਡ ਇਤਿਹਾਸ ਉਹ ਜਿਆ ਲਿਖਣਗੇ ਕਿ ਜਿਹੜਾ ਅਸਲੀ ਇਤਿਹਾਸ ਹੈ ਜਿਹੜਾ ਸਿੱਖਾਂ ਨੇ ਸਿਰਜਿਆ ਪੰਜ ਸਦੀਆਂ ਚ ਉਹ ਲੱਭੇਗਾ ਨਹੀਂ ਤੇ ਸਿੱਖਾਂ ਦੇ ਵੀ ਨਿਆਣੇ ਜਿਹੜੇ ਨੇ ਉਹ ਇਹੀ ਪੜਨਗੇ ਕਿ ਬਹਾੂਬਲੀ ਆ ਗਈ ਤੇ ਲక్ష్ਮੀਬਾਈ ਤਾਂ ਪਹਿਲਾਂ ਹੀ ਵੱਢਦੇ ਨੇ ਮਾਰਾਣਾ ਪ੍ਰਤਾਪ ਲక్ష్ਮੀਬਾਈ ਹਿੰਦੀ ਵੀ ਬੋਲਦੇ ਨੇ ਤੁਹਾਨੂੰ ਲੱਗਦਾ ਹੀ ਨਹੀਂ ਵੀ ਸਿੱਖਾਂ ਦੇ ਮੁੰਡੇ ਨੇ ਮੁੰਡੇ ਕੁੜੀਆਂ ਨੇ ਸੋ ਇਹਨਾਂ ਦਾ ਹਿਰਦੇ ਪਾਤਸ਼ੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਵੀਰ ਗਗਨਦੀਪ ਸਿੰਘ ਜੀ ਦਾ ਬਹਿਰੀਨਤੂ ਆਇਆ ਹੈ ਇਹ ਲਿਖਦੇ ਹਨ ਮੇਰੇ ਪਿਆਰੇ ਸਤਿਕਾਰਯੋਗ ਟੀਵੀ 84 ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਅਮਰਜੀਤ ਸਿੰਘ ਜੀ ਮੈਂ ਤੁਹਾਡਾ ਦਿਲੋਂ ਬਹੁਤ ਸਤਿਕਾਰ ਕਰਦਾ ਹਾਂ ਤੇ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ ਹਾਂ ਤੁਹਾਡੇ ਬੱਚਿਆਂ ਵਾਂਗ ਹਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਸਾਨੂੰ ਪ੍ਰਦੇਸਾਂ ਵਿੱਚ ਰਹਿੰਦਿਆਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ 2020 ਸਿੱਖ ਰੈਫਰੈਂਡਮ ਹੋਣ ਜਾ ਰਿਹਾ ਹੈ ਅਸੀਂ ਇਸ ਬਾਰੇ ਕੀ ਉਪਰਾਲਾ ਕਰੀਏ ਪੰਜਾਬ ਦੀ ਦੁਨੀਆ ਨੂੰ ਕਿਵੇਂ ਦੱਸਿਆ ਜਾਵੇ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਬਹੁਤ ਚਾਲਾਂ ਚਲਣੀਆਂ ਹਨ ਤੁਸੀਂ ਦੱਸੋ ਕਿਵੇਂ ਅਸੀਂ ਆਪਣੇ ਪੰਜਾਬ ਵਿੱਚ ਬੈਠੀ ਸਿੱਖ ਸੰਗਤ ਨੂੰ ਇਸ ਬਾਰੇ ਸੁਚੇਤ ਕਰੀਏ ਕੁਝ ਗਲਤ ਲਿਖ ਗਿਆ ਹੋਵਾਂਗਾ ਤਾਂ ਮਾਫ਼ ਕਰ ਦੇਣਾ ਮੈਂ ਗਗਨਦੀਪ ਸਿੰਘ ਬੈਰਿੰਗ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਗਗਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਹੈ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਹੈ। ਕਈ ਦਿਨ ਪੁਰਾਣੀ ਉਹਨਾਂ ਦੀ ਇਹ ਲਿਖਤ ਹੈ। ਅਸੀਂ ਮਾਫ਼ੀ ਚਾਹੁੰਦੇ ਹਾਂ। ਜੀ। ਇਹ ਬਹੁਤ ਵਾਰ ਅਸੀਂ ਫੌਰਨ ਨਹੀਂ ਲੈ ਸਕਦੇ ਕਿਉਂਕਿ ਬਾਕੀ ਬੈਕਲੌਗ ਚ ਹੁੰਦੀਆਂ ਨੇ। ਉਹ ਉਹਨਾਂ ਨੇ ਸਾਡੇ ਲਈ ਸਤਿਕਾਰ ਭਾਵਨਾ ਔਰ ਆਪਣਾ ਬੱਚਿਆਂ ਵਾਂਗ ਹੋਣਾ ਅਸੀਂ ਸਾਰੇ ਪੈਣਾ ਪ੍ਰਾ ਬੱਚੇ ਬੱਚੀਆਂ ਇੱਕੋ ਹੀ ਰਸਤੇ ਦੇ ਬੰਦੇ ਆਂ ਔਰ ਸਾਰੇ ਅਸੀਂ ਇੱਕ ਦੂਸਰੇ ਤੋਂ ਸਿੱਖਦੇ ਔਰ ਉਹਨਾਂ ਦਾ ਵੀ ਸਵਾਲ ਜਿਹੜਾ ਹੈ ਉਹ 2020 ਦੇ ਹਵਾਲੇ ਨਾਲ ਹੀ ਅ ਪਿਛਲੇ ਦਿਨਾਂ ਚ ਇੱਕ ਮੁੱਖ ਕੋਰਸਪੌਂਡੈਂਟ ਉੱਥੋਂ ਦੇ ਵੱਡੇ ਪੇਪਰ ਦਾ ਬਾਹਰ ਆਇਆ ਹੋਇਆ ਉਹਨੇ ਵਾਸ਼ਿੰਗਟਨ ਆਇਆ ਸੀ ਨਿਊਯਾਰਕ ਸਾਨੂੰ ਵੀ ਇੰਟਰਵਿਊ ਕਰਨ ਲਈ ਆਇਆ ਹੈ ਜੀ ਦੇਖੋ ਕਹਾਣੀ ਤਾਂ ਕੀ ਦਿੰਦਾ ਹੈ لیکن انہیں ਜਿਹੜੀ ਹੈ ਇਸ ਦੇ ਉੱਤੇ ਉਹਨੇ ਖਾਸ ਤੌਰ ਤੇ ਕਿਹਾ ਕਿ ਜੀ ਇਹ 2020 ਕਿਵੇਂ ਕਰਵਾਓਗੇ ਕੀ ਹੋਏਗਾ ਜੇ ਉਹ ਫੈਸਲਾ ਆ ਗਿਆ ਨਾ ਆਇਆ ਉੱਥੇ ਕੌਣ ਕਰਨ ਦੇਗਾ ਨਹੀਂ ਕਰਨ ਦੇਗਾ ਜਿਵੇਂ ਹੁਣ ਕੁਝ ਆਪਣੇਆ ਵੱਲੋਂ ਵੀ ਸ਼ੰਕੇ ਇਸ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਮੇਰੇ ਲਈ ਮੈਂ ਇਸ ਨੂੰ ਇੱਕ ਅਵੇਅਰਨੈਸ ਕੈਂਪੇਨ ਸਮਝਦਾ ਇੱਕ ਜਾਗਰੂਕਤਾ ਮਹਿੰਮ ਜੀ ਔਰ ਜਾਗਰੂਕਤਾ ਮਹਿੰਮ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਮੂਵਮੈਂਟ ਦੇ ਲਈ ਕੰਮ ਕਰਦੇ ਹੋ ਕਈ ਵਾਰੀ ਉਹੀ கான்ਸੈਪਟ ਹੁੰਦੇ ਨੇ ਜੀ ਕੋਈ ਪੁੱਛੇ ਜੀ ਖਾਲਿਸਤਾਨ ਤੇ 2020 ਕੀ ਫਰਕ ਹੈ ਫਿਰ ਇਹੀ ਹੁੰਦਾ ਹੈ ਕਿ ਜੀ ਕਈ ਵਾਰ ਤੁਸੀਂ ਉਸੇ ਗੱਲ ਨੂੰ ਰੀਫਰੇਜ਼ ਕਰਦੇ ਹੋ ਖਾਲਿਸਤਾਨ ਵੀ ਸਾਡੇ ਜਜ਼ਬਾਤਾਂ ਦਾ ਪ੍ਰਗਟਾਵਾ ਹੈ ਇਹ ਭਾਈ ਅਸੀਂ ਆਪਣਾ ਮੁਲਕ ਚਾਹੁੰਦੇ ਜੀ ਔਰ ਉਸ ਮੁਲਕ ਦੇ ਵਿੱਚ ਜਿੱਥੇ ਕਿ ਸਿੱਖੀ ਵੈਲਿਊਜ਼ ਮਹਿਫੂਜ਼ ਹੋਣ ਸਿੱਖ ਧਰਮ ਮਹਿਫੂਜ਼ ਹੋਏ ਔਰ ਹਰ ਇੱਕ ਨੂੰ ਬਿਨਾ ਜਾਤ ਰੰਗ نسل ਧਰਮ ਜੈਂਡਰ ਦੇ ਵਿਤਕਰੇ ਦੇ ਉਹ ਪਰਸੂਟ ਆਫ ਹੈਪੀਨੈਸ ਆਨੰਦ ਮਾਣ ਸਕੇ ਵਿਕਾਸ ਹੋ ਸਕੇ ਉਧਰ ਜੀ ਸੋ ਮੈਂ ਕਹਾਂ ਜੀ ਜੇ 2020 ਦੀ ਗੱਲ ਹੈ ਇਹ ਵੀ ਬੇਸ਼ੱਕ ਡੈਡ ਕਾਟ ਆਫ ਲਾਈਨ 20 ਦੱਤੀ ਹੈ ਪਰ ਇਹ ਇਹ ਵੀ ਇੱਕ ਉਸ ਐਕਸਪ੍ਰੈਸ਼ਨ ਦਾ ਹੀ ਨਾ ਹੈ ਕਿ ਭਾਈ ਅਸੀਂ ਇਹ ਹੱਕ ਚਾਹੁੰਦੇ ਆਂ ਵੀ ਅਸੀਂ ਇਹ ਫੈਸਲਾ ਕਰਨੇ ਕਿ ਅਸੀਂ ਭਾਰਤ ਦੇ ਨਾਲ ਰਹਿਣੇ ਜਾਂ ਨਹੀਂ ਰਹਿਣੇ ਹਾਲਾਂ ਖਾਲਸਾ ਦਾ ਮਤਲਬ ਤਾਂ ਜ਼ਾਹਰ ਹੈ ਕਿ ਅਸੀਂ ਫੈਸਲਾ ਕਰ ਲਿਆ ਹੋਇਆ ਜੀ ਪਰ ਕਿਉਂਕਿ ਜਦੋਂ ਤੁਸੀਂ ਵੈਸਟਰਨ ਵਰਲਡ ਯੂਨ ਚਾਰਟਰਸ ਦੂਸਰੀ ਗੱਲ ਕਰਦੇ ਹੋ ਫਿਰ ਤੁਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਹੋ ਐਕਸਪ੍ਰੈਸ਼ਨ 'ਚ ਗੱਲ ਕਰਦੇ ਹੋ ਸੋ ਮੈਂ ਸਮਝਦਾ ਹਾਂ ਵੀ ਸਾਡਾ ਜਿਹੜਾ ਕੈਂਪੇਨ ਹੈ ਜਾਂ ਜਾਗਰੂਕਤਾ ਦੀ ਗੱਲ ਹੈ ਇਹ ਉਹਨਾਂ ਨੇ ਪੁੱਛਿਆ ਗਗਨਦੀਪ ਸਿੰਘ ਜੀ ਨੇ ਮੈਂ ਸਮਝਦਾ ਹਾਂ ਵੀ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਜਿਹੜੇ ਤਾਂ ਜਾਂਦੇ ਆਂਦੇ ਨੇ ਪੰਜਾਬ 'ਚ ਉੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰਾਂ ਨੂੰ ਇਸ ਫਖਰਯੋਗ ਸਿੱਖ ਇਤਿਹਾਸ ਸਿੱਖ ਵਿਰਸਾ ਔਰ ਸਾਡੀ ਸਾਡਾ ਡਿਸਮਲ ਫਿਊਚਰ ਜਿਹਨਾਂ ਨੂੰ ਅਸੀਂ ਜਾ ਰਹੇ ਹਾਂ ਸਾਡੀ ਅੱਜ ਕੀ ਹਾਲਤ ਹੈ ਇਸ ਬਾਰੇ ਜਾਗਰੂਕ ਕਰੋ ਜਦੋਂ ਉਹ ਇਹ ਰੀਅਲਾਈਜ਼ ਕਰਨਗੇ ਕਿ ਭਾਈ ਸਾਡਾ ਸੂਬਾ ਅਸੀਂ ਤਾਂ ਬਸਤੀ ਬਣ ਚੁੱਕੇ ਹਾਂ ਸਾਡਾ ਆਪਣੇ ਨਾ ਪਾਣੀਆਂ ਦੇ ਕੰਟਰੋਲ ਹੈ ਨਾ ਸਾਡਾ ਡਰੱਗਸ ਕਿੱਥੋਂ ਆਣੀਆਂ ਨੇ ਕਿਵੇਂ ਕਿਨੇ ਵੇਚਣੀਆਂ ਕੀ ਕਰਨਾ ਹੈ ਹੁਣ ਇੱਕ ਪਾਸੇ ਤਾਂ ਕੰਡਿਆਲੀ ਤਾਰ ਲੱਗੀ ਹੋਈ ਐ ਜਿੱਥੋਂ ਕੋਈ ਪੰਰੰਦਾ ਕੋਈ ਚਰੰਦਾ ਗੁਜ਼ਰ ਹੀ ਨਹੀਂ ਸਕਦਾ ਕਰੰਟ ਛੱਡਿਆ ਹੁੰਦਾ ਤੇ ਹੁਣ ਜੇ ਉੱਥੇ ਏਜੰਸੀਆਂ ਨੇ ਕਹਿਣਾ ਕਿ ਜੀ ਇਹ ਤਿੰਨ ਬੰਦੇ ਆਏ ਇਹ ਉੱਥੋਂ ਵੜ ਗਏ ਸ਼ਕਰਗਰ ਤੋਂ ਵੜ ਗਏ ਉੱਥੋਂ ਜਿਹੜਾ ਉਹ ਨਾਰੋਵਾਲ ਤੋਂ ਆ ਗਏ 16 ਮੀਲ ਤੁਰੇ ਐਡੀਆਂ ਐਡੀਆਂ 147 ਕੋ ਫੂਡ ਪੈਕ ਵੀ ਨਹੀਂ ਸੀ ਫਿਰ ਆ ਕਰਤਾ ਉਹ ਹੁਣ ਕਹੋ ਜੀ ਇਹ ਲਸ਼ਕਰੇ ਤਾਇਬਾ ਦੇ ਬਬਰ ਖਾਲਸਾ ਰੜ ਗਏ ਤੁਸੀਂ ਕੀ ਕਰ ਸਕਦੇ ਹੋ ਜਿਹਨਾਂ ਦੇ ਕੋਲ ਹੈ ਔਰ ਜਿਵੇਂ ਯਾਦ ਹੈ ਕਿਸੇ ਨੇ ਕਿਹਾ ਸੀ ਕਿ ਉਹਨੂੰ ਪੁੱਛਿਆ ਜੱਜ ਨੇ ਕਿ ਜੀ ਇਹ ਸਬੂਤ ਤੁਹਾਡੇ ਖਿਲਾਫ ਨੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦਾ ਜੀ ਮੈਂ ਕੀ ਕਹਿ ਸਕਦਾ ਜੇ ਮੇਰੇ ਘਰ ਦੇ ਵਿਹੜੇ 'ਚ ਲਿਆ ਕੇ ਟੈਂਕ ਖੜਾ ਕਰ ਦੇਣ ਤੇ ਕਹਿਣ ਤੂੰ ਟੈਂਕ ਚੋਰੀ ਕੀਤਾ ਹੈ ਤੇ ਮੈਂ ਕੀ ਕਰ ਸਕਦਾ ਜੀ ਉਹ ਮੈਂ ਕੀਤਾ ਜੀ ਟੈਂਕ ਕਿਉਂਕਿ ਮੇਰੇ ਵਿਹੜੇ 'ਚ ਬਰਾਮਦ ਹੋਇਆ ਜੀ ਹੁਣ ਜਿੱਥੇ ਇਹ ਹਾਲਾਤ ਬਣੇ ਹੋਣ ਉੱਥੇ ਮੈਂ ਸਮਝਦਾ ਹਾਂ ਵੀ ਜਾਗਰੂਕਤਾ ਇਗਨੋਰੈਂਸ ਜਿਹੜੀ ਆ ਉਹ ਸਭ ਤੋਂ ਵੱਡੀ ਦੁਸ਼ਮਣ ਹੈ ਕਿਸੇ ਵੀ ਮਨੁੱਖ ਦੀ ਕਿਸੇ ਵੀ ਕੌਮ ਦੀ ਅਗਿਆਨਤਾ ਔਰ ਚਾਨਣ ਸਭ ਤੋਂ ਵੱਡਾ ਬੂਨ ਹੈ ਸਭ ਤੋਂ ਵੱਡੀ ਬਲੇਸਿੰਗ ਹੈ ਸੋ ਮੈਂ ਸਮਝਦਾ ਹਾਂ ਵੀ ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹੋ بجائے ਕਿ ਉਹਨਾਂ ਦੇ ਲਈ ਹਜ਼ਾਰਾਂ ਡਾਲਰਾਂ ਦੇ ਤੁਸੀਂ ਤੋਹਫ਼ੇ ਖਰੀਦ ਕੇ ਲਿਜਾਓ ਹਰ ਇੱਕ ਨੂੰ ਔਰ ਜਨਮ ਦਿਨ ਦੇ ਉੱਤੇ ਦੂਜਿਆਂ ਤੇ ਅਸੀਂ ਕੀ ਕੀ ਵਾਧੂ ਖਰਚ ਕਰਦੇ ਹਾਂ ਜੀ ਦੋ ਕਿਤਾਬਾਂ ਹੀ ਖਰੀਦ ਕੇ ਦੇ ਰਿਆ ਕਰੋ ਕਿਤੇ ਕਾਰਜਕੂ ਅੰਗਰੇਜ਼ੀ ਚ ਕੋ ਪੰਜਾਬੀ ਚ ਹੁਣ ਤਾਂ ਇੰਨਾ ਕੁਸ਼ ਅਵੇਲੇਬਲ ਹੈ ਤਾਂ ਕਿ ਜਾਗਰੂਕਤਾ ਇਹਦੇ ਨਾਲ ਹੀ ਪੈਦਾ ਹੋਏਗੀ ਔਰ ਆਲਟੀਮੇਟਲੀ ਲੋਕਾਂ ਨੇ ਹੀ ਖਲੋਣਾ ਤੇ ਇਹ ਗੱਲ ਜਿਹੜੀ ਹੈ ਆਪਣੀ ਕਾਮਯਾਬੀ ਨੂੰ ਛੋਏਗੀ ਸੋ ਇਹਨਾਂ ਦਾ ਵੀਰ ਗਗਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਫੈਸਲ ਨਾ ਲੈ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ